ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਪਾਂ ਪੰਜਾਬ ਵਿੱਚ ਬਿਜਲੀ ਮੀਟਰ ਵਿੱਚ ਨਾਮ ਕਿਵੇਂ ਚੇਂਜ ਕਰਵਾ ਸਕਦੇ ਹਾਂ, ਮਤਲਬ ਕਿਸੇ ਹੋਰ ਦੇ ਨਾਮ 'ਤੇ ਜੋ ਮੀਟਰ ਸੀ ਉਸਨੂੰ ਆਪਣੇ ਨਾਮ 'ਤੇ ਕਿਵੇਂ ਕਰਵਾ ਸਕਦੇ ਹਾਂ। ਅਤੇ ਦੋਸਤੋ ਜੋ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਅਤੇ ਵੀਡੀਓ ਨੂੰ ਲਾਈਕ ਕਰ ਲਓ। ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਨਾਮ ਬਦਲਣ ਦੇ ਕਾਰਨ ਕੀ ਹੁੰਦੇ ਹਨ, ਕੀ ਰੀਜ਼ਨ ਹੁੰਦੇ ਆ ਕਿ ਆਪਾਂ ਨੂੰ ਨਾਮ ਚੇਂਜ ਕਰਵਾਉਣਾ ਪੈ ਜਾਂਦਾ। ਦੋਸਤੋ ਪਹਿਲਾ ਰੀਜ਼ਨ ਇਹ ਹੈ, ਨਾਮ ਜਾਂ ਐਡਰੈਸ ਵਿੱਚ ਕੋਈ ਸਪੈਲਿੰਗ ਮਿਸਟੇਕ ਹੋ ਜਾਂਦੀ ਹੈ, ਇਸ ਕਰਕੇ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਕਿ ਆਪਾਂ ਚੇਂਜ ਕਰਵਾਈਏ ਆਪਣਾ ਨਾਮ। ਓਕੇ ਦੋਸਤੋ, ਦੂਜੀ ਰੀਜ਼ਨ ਇਹ ਹੈ ਕਿ ਕਿਸੇ ਹੋਰ ਦੇ ਨਾਮ 'ਤੇ ਮੀਟਰ ਹੁੰਦਾ, ਆਪਾਂ ਉਹ ਜਗ੍ਹਾ ਖਰੀਦ ਲੈਂਦੇ ਹਾਂ ਤਾਂ ਵੀ ਆਪਾਂ ਨੂੰ ਮੀਟਰ ਆਪਣੇ ਨਾਮ 'ਤੇ ਕਰਵਾਉਣ ਵਾਸਤੇ ਤਬਦੀਲੀ ਕਰਵਾਉਣੀ ਪੈਂਦੀ ਹੈ। ਅਤੇ ਤੀਜਾ ਰੀਜ਼ਨ ਇਹ ਹੈ ਕਿ ਡੈਥ ਆਫ ਕੰਜ਼ਿਊਮਰ, ਕਿਸੇ ਗ੍ਰੈਂਡ ਫਾਦਰ ਜਾਂ ਫਾਦਰ ਸਾਹਿਬ ਦੀ ਆਪਣੀ ਡੈਥ ਹੋ ਜਾਂਦੀ ਹੈ ਤਾਂ ਮੀਟਰ ਆਪਣੇ ਨਾਮ 'ਤੇ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ। ਓਕੇ ਦੋਸਤੋ, ਚੌਥਾ ਜੋ ਮਾਮਲਾ ਹੈ ਉਹ ਹੈਗਾ ਇਨ ਗੌਰਮੈਂਟ ਕੇਸ ਕੁਆਟਰ। ਓਕੇ ਦੋਸਤੋ, ਜਿਵੇਂ ਕੁਆਟਰ ਵਿੱਚ ਕੋਈ ਗੌਰਮੈਂਟ ਰਹਿੰਦਾ, ਜਿਸ ਵਿੱਚ ਪਹਿਲਾਂ ਕੋਈ ਹੋਰ ਗੌਰਮੈਂਟ ਮੁਲਾਜ਼ਮ ਰਹਿੰਦਾ ਸੀ, ਹੁਣ ਕਿਸੇ ਹੋਰ ਦੀ ਤਬਦੀਲੀ ਹੋ ਗਈ ਹੈ ਤਾਂ ਉਸਨੂੰ ਆਪਣੇ ਨਾਮ 'ਤੇ ਮੀਟਰ ਦਾ ਬਿੱਲ ਕਰਵਾਉਣਾ ਪੈਂਦਾ। ਓਕੇ ਦੋਸਤੋ, ਇਸੇ ਤਰ੍ਹਾਂ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਡੈਥ ਆਫ ਕੇਸ ਵਿੱਚ ਆਪਾਂ ਕਿਵੇਂ ਨਾਮ ਚੇਂਜ ਕਰਵਾ ਸਕਦੇ ਹਾਂ। ਦੂਸਰੇ ਕਾਰਨ ਕਰਕੇ ਨਾਮ ਚੇਂਜ ਕਰਵਾਉਣਾ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਵੀਡੀਓ ਉਸ ਪਾਰਟ 'ਤੇ ਬਣਾ ਦੇਵਾਂਗਾ ਉਸ ਕਾਰਨ ਕਰਕੇ ਕਿ ਕਿਵੇਂ ਆਪਾਂ ਚੇਂਜ ਕਰਵਾ ਸਕਦੇ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇਨ ਡੈਥ ਆਫ ਕੇਸ ਆਪਾਂ ਨਾਮ ਕਿਵੇਂ ਚੇਂਜ ਕਰਵਾ ਸਕਦੇ ਹਾਂ। ਦੋਸਤੋ, ਨਾਮ ਬਦਲਣ ਲਈ ਇੱਕ ਫਾਰਮ ਹੁੰਦਾ ਜੋ ਆਪਾਂ ਨੂੰ ਟਾਈਪ ਕਰਵਾਉਣਾ ਪੈਂਦਾ, ਜਿਸ ਦਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਆਉਣ ਵਾਲੇ ਟਾਈਮ ਵਿੱਚ ਲਿੰਕ ਦੇ ਦਾਂਗਾ, ਜਿੱਥੇ ਤੁਸੀਂ ਮੈਟਰ ਪੜ੍ਹ ਲਓ ਇੱਕ ਵਾਰੀ ਕੀ ਉਹ ਟਾਈਪ ਕਰਵਾ ਕੇ ਸੇਮ ਅਤੇ ਐਪਲੀਕੇਸ਼ਨ ਲਿਖ ਕੇ ਨਾਲ ਲਾਉਣੀ ਪੈਂਦੀ ਹੈ। ਅਤੇ ਨੰਬਰ 2 ਦੀ ਗੱਲ ਕਰੀਏ ਤਾਂ ਦੋਸਤੋ, ਜਿਹੜੀ ਬਿੱਲ ਦੀ ਆਪਾਂ ਪੇਮੈਂਟ ਕੀਤੀ ਹੈ, ਜੋ ਪਿਛਲੇ ਮਹੀਨੇ ਪੇਮੈਂਟ ਕੀਤੀ ਹੈ, ਉਸ ਬਿੱਲ ਦੀ ਆਪਾਂ ਫੋਟੋ ਕਾਪੀ ਲਾਉਣੀ ਹੁੰਦੀ ਹੈ ਨਾਲ। ਅਤੇ ਤੀਜੇ ਨੰਬਰ 'ਤੇ ਗੱਲ ਕਰੀਏ ਦੋਸਤੋ, ਮੌਤ ਦਾ ਸਰਟੀਫਿਕੇਟ, ਜਿਨ੍ਹਾਂ ਦੇ ਨਾਂ 'ਤੇ ਮੀਟਰ ਸੀ ਉਹਨਾਂ ਦਾ ਡੈਥ ਸਰਟੀਫਿਕੇਟ ਆਪਾਂ ਨੂੰ ਉਸਦੀ ਕਾਪੀ ਲਾਉਣੀ ਹੁੰਦੀ ਹੈ ਨਾਲ। ਅਤੇ ਚੌਥਾ ਇੱਕ ਹੁੰਦਾ ਉੱਤਰਾਧਿਕਾਰੀ ਸਰਟੀਫਿਕੇਟ ਹੁੰਦਾ ਦੋਸਤੋ, ਇਹ ਕਚਹਿਰੀਆਂ ਵਿੱਚ ਜਾ ਕੇ 20 ਰੁਪਏ ਵਿੱਚ ਤੁਹਾਨੂੰ ਆਸਾਨੀ ਨਾਲ ਮਿਲ ਜਾਂਦਾ, ਜਿਸ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਮੇਰੇ ਜੋ ਪਿਤਾ ਦੀ ਮੌਤ ਹੋ ਗਈ ਜਿਨ੍ਹਾਂ ਦੇ ਨਾਂ 'ਤੇ ਮੀਟਰ ਸੀ ਉਹਨੂੰ, ਉਸ ਤੋਂ ਬਾਅਦ ਸਾਰਾ ਜੋ ਉਸਦਾ ਅਧਿਕਾਰ ਉਹ ਮੇਰੇ ਕੋਲ ਹੈ, ਮੇਰੇ ਜੋ ਵੀ ਘਰ ਦਾ ਜਾਂ ਮੇਰੇ ਮੀਟਰ ਦਾ ਬਿੱਲ ਦਾ ਸਾਰਾ ਮੈਂ ਉਸਦਾ ਦੇਣਦਾਰ ਹਾਂ, ਇਸ ਵਿੱਚ ਸਿਰਫ ਇਹ ਲਿਖਿਆ ਹੁੰਦਾ। ਉਸ ਤੋਂ ਬਾਅਦ ਤੁਸੀਂ ਆਪਦਾ ਪਛਾਣ ਸਬੂਤ, ਉਹ ਕੁਛ ਵੀ ਹੋ ਸਕਦਾ, ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ 10th ਦਾ ਸਰਟੀਫਿਕੇਟ ਨਾਲ ਲਾ ਸਕਦੇ ਹੋ। ਉਸ ਤੋਂ ਬਾਅਦ ਦੋਸਤੋ, ਐਪਲੀਕੇਸ਼ਨ ਫੀਸ ਲੱਗਦੀ ਹੈ, ਅਤੇ ਐਪਲੀਕੇਸ਼ਨ ਫੀਸ ਮੰਨ ਲਓ 1000 ਤੋਂ 1100 ਰੁਪਏ ਸ਼ਾਇਦ ਇਹਨਾਂ ਦੀ ਫੀਸ ਹੁੰਦੀ ਆ। ਅਤੇ ਇਸ ਤੋਂ ਬਾਅਦ ਤੁਸੀਂ ਸਿੱਧਾ ਬਿਜਲੀ ਦਫ਼ਤਰ ਵੀ ਜਾਣਾ ਅਤੇ ਉੱਥੇ ਜਮ੍ਹਾਂ ਕਰਵਾ ਦੇਣਾ, ਇਸ ਤੋਂ ਸਿੰਪਲ ਜਿਹਾ ਪ੍ਰੋਸੈਸ ਹੈ ਦੋਸਤੋ। ਜੇ ਤੁਹਾਨੂੰ ਫਿਰ ਵੀ ਕੋਈ ਦਿੱਕਤ ਆਉਂਦੀ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਪਾਰਟ ਉਸ ਪ੍ਰੋਬਲਮ 'ਤੇ ਬਣਾ ਦਿਆਂਗਾ।